ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਡੀਡੀ ਪੰਜਾਬੀ ਦੇ ਸਮਾਜ 'ਤੇ। ਔਰ ਐਤਵਾਰ ਵਾਲੇ ਦਿਨ ਜਿਵੇਂ ਤੁਸੀਂ ਜਾਣਦੇ ਹੋ ਕਿ ਅਸੀਂ ਪੈਰਾਮੈਡੀ ਸਰਵਿਸਿਜ਼ ਤੋਂ ਵੀਜ਼ਾ ਐਕਸਪਰਟ ਪਵਨੂਰ ਸਿੰਘ ਬੇਦੀ ਜੀ ਦੇ ਨਾਲ ਇਸ ਮੰਚ 'ਤੇ ਇਕੱਠੇ ਹੁੰਦੇ ਹਾਂ ਇਸ ਲਾਈਵ ਕਾਲਿੰਗ ਵਾਲੇ ਪ੍ਰੋਗਰਾਮ ਦੇ ਵਿੱਚ। ਇੱਕ ਜਿਹੜਾ ਤੁਹਾਨੂੰ ਆਪਸ਼ਨ ਦਿੱਤੀ ਜਾਂਦੀ ਹੈ ਕਿ ਤੁਸੀਂ ਘਰ ਬੈਠੇ ਹੀ ਸਵਾਲ ਪੁੱਛ ਸਕਦੇ ਹੋ ਇੱਕ ਐਕਸਪਰਟ ਕੋਲੋਂ। ਅਕਸਰ ਜਦੋਂ ਵੱਖ ਵੱਖ ਕੰਪਨੀਆਂ ਦੇ ਵਿੱਚ ਤੁਸੀਂ ਕਾਲਸ ਕਰਦੇ ਹੋ ਤਾਂ ਉਹਨਾਂ ਦੇ ਟੈਲੀਕਾਲਰਸ ਦੇ ਨਾਲ ਤੁਹਾਡੀ ਗੱਲਬਾਤ ਹੁੰਦੀ ਹੈ, ਪਰ ਇੱਕ ਨੰਬਰ 9956392563 ਇਸ ਸਮੇਂ ਤੁਹਾਡੀ ਟੀਵੀ ਸਕਰੀਨ 'ਤੇ ਚੱਲ ਚੁੱਕਾ ਹੈ। ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਹੁਣੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਰਵਿੰਦਰ ਸਾਹਿਬ ਪਾਸੋਂ ਆਪਣੇ ਜਿਹੜੇ ਸਵਾਲ ਨੇ ਕਿਸੇ ਵੀ ਕਿਸਮ ਦੇ ਸਟੂਡੈਂਟ ਵੀਜ਼ਾ ਸੰਬੰਧੀ, ਖਾਸ ਤੌਰ 'ਤੇ ਕੈਨੇਡਾ ਜਾਣ ਵਾਲੇ ਬੱਚੇ ਸਵਾਲ ਪੁੱਛ ਸਕਦੇ ਨੇ। ਸੋ 9956392563 ਨੰਬਰ 'ਤੇ ਕਾਲ ਕਰੋ। ਸਵਾਗਤ ਕਰ ਰਹੇ ਨੇ ਬੇਦੀ ਸਾਹਿਬ ਦਾ। ਬੇਦੀ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ, ਔਰ ਮਨੀਸ਼ ਜੀ ਇੱਕ ਵਾਰ ਫਿਰ ਤੋਂ ਸੱਦਾ ਦੇਣ ਲਈ ਤੁਹਾਡਾ, ਔਰ ਦੂਰਦਰਸ਼ਨ ਪੰਜਾਬੀ ਦਾ ਬਹੁਤ ਬਹੁਤ ਧੰਨਵਾਦ। ਐਤਵਾਰ ਦਾ ਅੱਜ ਦਿਨ ਹੈ ਔਰ ਮੈਂ ਇਸ ਗੱਲ ਨਾਲ ਭਲੀ ਭਾਂਤੀ ਜਾਣੂ ਹਾਂ ਕਿ ਇਸ ਦਿਨ ਬਹੁਤ ਸਾਰੇ ਲੋਕ ਆਪਣੇ ਪ੍ਰਸ਼ਨਾਂ ਦੇ ਸਵਾਲ ਜਾਣਨ ਲਈ ਸਾਡੇ ਨਾਲ ਜੁੜੇ ਹੁੰਦੇ ਹੈ, ਇਸ ਟਾਈਮ 'ਤੇ ਜੁੜੇ ਹੁੰਦੇ ਹੈ, ਔਰ ਅੱਜ ਨਹੀਂ ਪਿਛਲੇ 4-5 ਸਾਲ ਤੋਂ ਲਗਾਤਾਰ ਹਰ ਹਫ਼ਤੇ ਇਹ ਸ਼ੋਅ ਆਪਾਂ ਟੈਲੀਕਾਸਟ ਕਰਦੇ ਹਾਂ ਔਰ ਹਰ ਹਫ਼ਤੇ ਦੀ ਪੋਪੂਲੈਰਿਟੀ ਵੱਧਦੀ ਜਾ ਰਹੀ ਹੈ। ਬਿਕੋਜ਼ ਬੱਚਿਆਂ ਨੂੰ ਜਿਹੜੇ ਪ੍ਰਸ਼ਨ ਹੈ, ਜਿਹੜੇ ਡਾਊਟ ਹੈ, ਜਿਹੜੇ ਕੁਐਸਚਨ ਹੈ, ਉਹ ਉਹਨਾਂ ਦੇ ਆਂਸਰ ਮਿਲਦੇ ਹੈ, ਲਾਈਵ ਮਿਲਦੇ ਹੈ। ਸੋ ਜੇ ਤੁਸੀਂ ਵੀ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਸਟੱਡੀ ਵੀਜ਼ਾ ਬਾਰੇ ਜਾਂ ਵਿਜ਼ਿਟਰ ਵੀਜ਼ਾ ਬਾਰੇ ਜਾਂ ਪੇਰੈਂਟ ਗ੍ਰੈਂਡ ਪੇਰੈਂਟ ਕੈਨੇਡਾ ਦਾ ਸੁਪਰ ਵੀਜ਼ਾ ਬਾਰੇ, ਤਾਂ ਤੁਸੀਂ ਵੀ ਅੱਜ ਹੀ ਹੁਣੀ ਕਾਲ ਕਰ ਸਕਦੇ ਹੋ 9956392563 9256392563। ਜੇ ਅੱਜ ਤੁਹਾਡੀ ਕਾਲ ਨਹੀਂ ਵੀ ਇਸ ਸ਼ੋਅ ਵਿੱਚ ਸ਼ਾਮਿਲ ਕੀਤੀ ਜਾਂਦੀ ਤਾਂ ਤੁਸੀਂ ਕਦੀ ਵੀ ਸਵੇਰੇ 8 ਵਜੇ ਤੋਂ ਰਾਤ ਦੇ 9 ਵਜੇ ਤੱਕ ਕਾਲ ਕਰ ਸਕਦੇ ਹੋ 9956392563 9256392563 9256 'ਤੇ। ਔਰ ਸਟੂਡੈਂਟ ਵੀਜ਼ਾ ਸੰਬੰਧੀ ਕੈਨੇਡਾ, US, ਆਸਟ੍ਰੇਲੀਆ, ਨਿਊਜ਼ੀਲੈਂਡ, ਜਰਮਨੀ, ਕਿਸੇ ਵੀ ਕੰਟਰੀ ਬਾਰੇ ਪੁੱਛਣਾ ਚਾਹੁੰਦੇ ਹੋ, ਜਸਟ ਵੀ ਆਰ ਜਸਟ ਕਾਲ ਅਵੇ। ਕਾਲ ਕਰੋ ਔਰ ਆਪਣੀ ਕੁਐਸਚਨ ਔਰ ਕੁਐਰੀ ਦਾ ਆਂਸਰ ਲਵੋ, ਜਾਂ ਤੁਸੀਂ ਸਾਨੂੰ ਵਿਜ਼ਿਟ ਕਰ ਸਕਦੇ ਹੋ ਸਾਡੇ ਦਫ਼ਤਰਾਂ ਦੇ ਵਿੱਚ, ਜੋ ਕਿ ਸਾਡੇ ਵੱਲੋਂ ਰੈਗੂਲੇਟਡ ਆਫਿਸ ਹੈ, ਲਾਇਸੈਂਸਡ ਆਫਿਸ ਹੈ, ਜਲੰਧਰ, ਲੁਧਿਆਣਾ, ਮੋਗਾ, ਬਠਿੰਡਾ, ਪਟਿਆਲਾ, ਪਠਾਨਕੋਟ, ਚੰਡੀਗੜ੍ਹ, ਨਵੀਂ ਦਿੱਲੀ, ਅਹਿਮਦਾਬਾਦ, ਹੈਦਰਾਬਾਦ ਔਰ ਕੋਚੀ ਵਿੱਚ ਪਿਰਾਮਿਡੀ ਸਰਵਿਸਿਜ਼ ਦੇ ਆਫਿਸਿਸ ਚਲਾਏ ਜਾ ਰਹੇ ਹਨ, ਅਤੇ ਸਟੂਡੈਂਟ ਵੀਜ਼ਾ ਬਾਰੇ ਜਾਣਕਾਰੀ ਬੜੀ ਪਾਰਦਰਸ਼ਤਾ ਦੇ ਨਾਲ ਦਿੱਤੀ ਜਾਂਦੀ ਹੈ, ਵੀਜ਼ਾ ਪ੍ਰੋਸੈਸਿਸ ਵਿੱਚ, ਐਡਮਿਸ਼ਨਸ ਵਿੱਚ ਹੈਲਪ ਕੀਤੀ ਜਾਂਦੀ ਹੈ। ਜੀ, ਸੋ ਮੇਰੇ ਸਾਹਿਬ ਹਾਲ ਹੀ ਵਿੱਚ ਤੁਹਾਡੇ ਸੈਮੀਨਾਰ ਚੱਲ ਰਹੇ ਸੀ ਔਰ ਆਪਾਂ ਪਿਛਲੇ ਸ਼ੋਅ ਦੇ ਵਿੱਚ ਵੀ ਗੱਲਬਾਤ ਕੀਤੀ ਸੀ, ਲੋਕਾਂ ਨੂੰ ਸੱਦਾ ਦਿੱਤਾ ਸੀ ਸੈਮੀਨਾਰ ਵਿੱਚ ਆਉਂਦਾ ਜੀ। ਸੋ ਲੋਕ ਕਿੰਨੀ ਕੁ ਤਾਦਾਦ ਦੇ ਵਿੱਚ ਕੈਨੇਡਾ ਵੱਲੋਂ ਹਾਲੇ ਵੀ ਰੁੱਖ ਕਰ ਰਹੇ ਨੇ ਕਿ ਜਿਹੜੀ ਆਪਾਂ ਰਿਕੁਆਇਰਮੈਂਟ ਮੰਗ ਰਹੇ ਹਾਂ ਸਿੱਖ ਸੋਵਰਨ ਸਿੱਖੀ 'ਚ, ਜਿਹੜੇ ਬੱਚੇ ਸੈਮੀਨਾਰ 'ਚ ਪਹੁੰਚ ਰਹੇ ਨੇ ਕਿ ਰਿਕੁਆਇਰਮੈਂਟ ਪੂਰੀ ਕਰ ਰਹੇ ਨੇ ਪੰਜਾਬ 'ਚ? ਸੋ ਮਨੀਸ਼, ਇੱਕ ਬਹੁਤ ਸਟ੍ਰੇਂਜ ਗੱਲ ਹੈ, ਮੈਨੂੰ ਯਾਦ ਹੈ ਅੱਜ ਤੋਂ 4 ਸਾਲ ਪਹਿਲੇ ਜਦੋਂ 5.5 ਬੈਂਡ ਤੋਂ 6 ਬੈਂਡ ਦੀ ਟ੍ਰਾਂਜੀਸ਼ਨ ਹੋਈ ਸੀ, ਜਦੋਂ SPP ਸ਼ੁਰੂ ਹੋਇਆ ਸੀ 5.5 ਬੈਂਡ 'ਤੇ ਸ਼ੁਰੂ ਹੋਇਆ ਸੀ, 2009-10 ਦੀ ਗੱਲ ਕਰ ਰਹੇ ਹਾਂ। ਸੋ 5.5 ਬੈਂਡ 'ਤੇ ਸ਼ੁਰੂ ਹੋਇਆ ਸੀ, ਜਦੋਂ ਪਹਿਲੀ ਵਾਰੀ 5.5 ਬੈਂਡ ਤੋਂ 6 ਬੈਂਡ ਕੀਤੇ ਗਏ ਤਾਂ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਰੋਸ਼ ਸੀ, ਏਜੰਟਸ ਬਹੁਤ ਔਖੇ ਸੀ, ਸਾਨੂੰ ਲੱਗਦਾ ਸੀ ਹੁਣ ਤਾਂ ਮਾਰਕੀਟ ਖਤਮ ਹੋ ਗਈ, ਬੱਚਾ ਨਹੀਂ ਆਉਣਾ, 6 ਕਿੱਥੇ ਆਜੂਗੇ। ਉਸ ਤੋਂ ਬਾਅਦ ਪਹਿਲੇ ਸਟੂਡੈਂਟ ਲੋਨ ਚੱਲ ਜਾਂਦਾ ਸੀ, ਉਸ ਤੋਂ ਬਾਅਦ ਜਦੋਂ GIC ਇੰਟਰਡਿਊਸ ਕੀਤਾ ਗਿਆ ਫਿਰ ਬਹੁਤ ਹੱਲਾ ਗੁੱਲਾ ਕਿ ਨਹੀਂ ਜੀ $10,000 ਕਿੱਥੋਂ ਰੇਂਜ ਹੋਊਗੇ, ਫੀਸਾਂ ਹੀ ਐਡੀਆਂ, ਬਹੁਤ ਔਖਾ ਹੈ ਬੱਚੇ ਦਾ, ਹੁਣ ਤਾਂ ਜਾਣਾ, ਹੁਣ ਤਾਂ ਬੱਚੇ ਘੱਟ ਜਾਣਗੇ। ਹੁਣ ਜਦੋਂ SDS ਇਸ ਸਾਲ ਪਿਛਲੇ ਸਾਲ 2018 ਵਿੱਚ ਇੰਪਲੀਮੈਂਟ ਹੋਇਆ, 6 ਇੰਚ ਕੀਤੇ ਗਏ, ਅਤੇ ਮੇਰਾ ਆਪਣਾ ਪਰਸਨਲ ਐਂਡ ਨਿੱਜੀ ਮੰਨਣਾ ਸੀ ਕਿ ਨਹੀਂ ਹੁਣ ਫਰਕ ਪਏਗਾ, ਬੱਚੇ ਨਹੀਂ ਜਾ ਪਾਣਗੇ। ਪਰ ਮਨੀਸ਼, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਔਰ ਸਾਡੇ ਵਿਊਅਰਸ ਵੀ ਇਹ ਸੁਣ ਕੇ ਹੈਰਾਨ ਹੋਣਗੇ ਕਿ ਕੋਈ ਫਰਕ ਨਹੀਂ ਪਿਆ। ਜਿਸ ਤਾਦਾਦ ਵਿੱਚ ਪਹਿਲੇ ਬੱਚੇ 6-5 ਬੈਂਡ ਲੈ ਕੇ ਆ ਰਹੇ ਸੀ, ਹੁਣ ਉਸੀ ਤਾਦਾਦ ਦੇ ਵਿੱਚ ਬੱਚੇ 6 ਬੈਂਡ ਹਰ ਇੱਕ ਮੋਡਿਊਲ ਵਿੱਚ ਲੈ ਕੇ ਆਉਣ ਵਿੱਚ ਕਾਮਯਾਬ ਹੋ ਰਹੇ ਹਨ। ਜੇ ਤੁਹਾਡੇ ਬੱਚੇ ਦੇ 6 ਬੈਂਡ ਨਹੀਂ ਆ ਰਹੇ ਹਰ ਇੱਕ ਮੋਡਿਊਲ ਦੇ ਵਿੱਚ, ਇਹਦਾ ਮਤਲਬ ਕੋਈ ਨਾ ਕੋਈ ਐਫਰਟਸ ਦੇ ਵਿੱਚ ਕਮੀ ਹੈ, ਆਈਲੈਟਸ ਸੈਂਟਰ ਦੇ ਵਿੱਚ ਕਮੀ ਹੈ। ਆਈਲੈਟਸ ਸੈਂਟਰ ਚੇਂਜ ਕਰੋ, ਆਪਣੀ ਐਫਰਟਸ ਇਨਕਰੀਜ਼ ਕਰੋ, ਔਰ ਨਾਲ ਦੀ ਨਾਲ ਆਓ ਆਪਾਂ ਸਵਾਗਤ ਕਰਦੇ ਹਾਂ ਆਪਣੇ ਪਹਿਲੇ ਕਾਲਰ ਦਾ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ ਜੀ, ਸਵਾਗਤ, ਨਾਮ ਦੱਸੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੈਂ ਜਸਪ੍ਰੀਤ ਗੱਲ ਕਰ ਰਿਹਾ ਸੰਗਰੂਰ ਤੋਂ। ਜਸਪ੍ਰੀਤ ਜੀ, ਸਵਾਲ ਪੁੱਛੋ। ਹਾਂਜੀ ਸਰ, ਮੈਂ ਬੀਟੈਕ ਕੀਤੀ ਹੋਈ ਹੈ ਕੰਪਿਊਟਰ ਵਿੱਚ 2016 ਦੇ ਵਿੱਚ, ਠੀਕ ਹੈ, ਅਤੇ ਮੇਰੀਆਂ 16 ਸਪਲੀਆਂ ਸੀ, ਠੀਕ ਹੈ, ਜਿਹੜੀਆਂ ਮੈਂ ਹੁਣ 2018 ਦੇ ਵਿੱਚ ਕੰਪਲੀਟ ਕੀਤੀਆਂ ਹੋਈਆਂ। ਓਕੇ, ਤੇ ਆਲਸ ਸਰ ਮੈਂ ਕਰਦਾ ਪਿਆ, ਬੀਟੈਕ ਮੇਰੀ ਹੈਗੀ ਆ ਮਕੈਨੀਕਲ ਦੇ ਵਿੱਚ। ਹਾਂ, ਸੋ ਮੈਂ ਕਨਫਰਮ ਕਰਨਾ, ਮੈਂ ਕੈਨੇਡਾ ਤੇ ਆਸਟ੍ਰੇਲੀਆ ਲਈ ਇਹਨਾਂ ਦੋ ਕੰਟਰੀ ਵਿੱਚ ਅਪਲਾਈ ਕਰ ਸਕਦਾ ਕਿ ਨਹੀਂ, ਜਿਹੜੇ ਵਧੀਆ ਬੈਂਕ ਸਕੋਰ ਆ ਜਾਂਦੇ ਆ? ਜਸਪ੍ਰੀਤ, ਪਹਿਲੀ ਗੱਲ, ਜੇ ਤੁਸੀਂ ਬੀਟੈਕ ਕਰਨ ਵਿੱਚ 4 ਦੀ ਬਜਾਏ 6 ਸਾਲ ਇੰਡੀਆ 'ਚ ਲਾ ਲਏ, ਇੰਡੀਆ ਦੀ ਐਜੂਕੇਸ਼ਨ ਸਿਸਟਮ ਬਹੁਤ ਫਲੈਕਸੀਬਲ ਹੈ, ਆਈ ਵਿਲ ਬੀ ਵੈਰੀ ਓਨੈਸਟ,
ਫਲੈਕਸੀਬਲ ਕਿਵੇਂ ਹੈ ਕਿ ਬੱਚਾ ਯੂਨੋ ਇੱਕ ਵਾਰ ਦੋ ਵਾਰ ਤਿੰਨ ਵਾਰ ਸਪਲੀ ਅਤੇ ਰਿਪੀਟ ਸਪਲੀ ਯੂਨੋ ਦੇ ਸਕਦਾ, ਚਾਰ ਸਾਲ ਦੀ ਡਿਗਰੀ ਛੇ ਸਾਲ 'ਚ ਕਰ ਸਕਦਾ, ਬਟ ਅਨਫੋਰਚੁਨੇਟਲੀ ਨੌਰਥ ਅਮੈਰੀਕਨ ਔਰ ਵੈਸਟਰਨ ਐਜੂਕੇਸ਼ਨ ਸਿਸਟਮ ਇਜ਼ ਨੋਟ ਲਾਈਕ ਦਿਸ। ਵੈਸਟਰਨ ਐਜੂਕੇਸ਼ਨ ਸਿਸਟਮ ਵਿੱਚ ਜੇ ਸਪਲੀ ਆ ਗਈ ਤਾਂ ਜਦੋਂ ਤੱਕ ਕਲੀਅਰ ਨਹੀਂ ਹੋਊਗੀ ਤੁਸੀਂ ਅੱਗੇ ਨਹੀਂ ਵੱਧ ਸਕਦੇ। ਅਗਰ ਇੱਕ ਪਰਟੀਕੁਲਰ ਟਾਈਮ ਫਰੇਮ ਔਰ ਡਿਊਰੇਸ਼ਨ ਦੇ ਵਿੱਚ ਅਗਰ ਇੰਨੀਆਂ ਸਪਲੀਆਂ ਆ ਗਈਆਂ ਤਾਂ ਤੁਸੀਂ ਫੇਲ ਕੰਸੀਡਰ ਕੀਤੇ ਜਾਂਦੇ ਹੋ। ਅਗਰ ਤੁਹਾਡੇ ਗ੍ਰੇਡਸ ਯੂਨੋ ਇਸ ਪਰਸਨ ਇੱਕ ਪਰਟੀਕੁਲਰ ਲੈਵਲ ਤੋਂ ਘੱਟ ਜਾਂਦੇ ਆ ਤਾਂ ਤੁਸੀਂ ਫੇਲ ਕੰਸੀਡਰ ਹੋ ਜਾਂਦੇ ਹੋ। ਇਸ ਕਰਕੇ ਯੂਨੋ ਜੇ ਤੁਸੀਂ ਇੱਥੇ ਇੰਨਾ ਸਟਰਗਲ ਕਰ ਰਹੇ ਹੋ ਉੱਥੇ ਜਾ ਕੇ ਤੁਸੀਂ ਕਿਵੇਂ ਕਾਮਯਾਬ ਹੋਵੋਗੇ, ਇਹ ਪਲੈਨ ਕਰਨਾ ਔਰ ਇਹ ਪਰੂਵ ਕਰਨਾ ਤੁਹਾਡੇ ਲਈ ਬਹੁਤ ਮੁਸ਼ਕਿਲ ਹੋ ਜਾਏਗਾ। ਇੰਡੀਆ ਵਿੱਚ ਮਾਪੇ ਨਾਲ ਟਿਊਸ਼ਨਸ ਦੀ ਫੈਸਿਲਿਟੀ, ਫਰੈਂਡਸ ਹੈਲਪ ਕਰਦੇ, ਉੱਥੇ ਕੋਈ ਵੀ ਨਹੀਂ ਹੋਣਾ। ਵੀ ਆਰ ਬਾਏ ਆਵਰ ਓਨ, ਦ ਕਿਡਸ ਆਰ ਬਾਏ ਦੇਅਰ ਓਨ। ਆਪ ਪੜ੍ਹਨਾ ਪਏਗਾ, ਆਪ ਉੱਥੇ ਭਾਂਡੇ ਮਾਂਜਣੇ ਪੈਣਗੇ, ਆਪ ਕਮਾਈਆਂ ਕਰਨੀਆਂ ਪੈਣਗੀਆਂ, ਆਪ ਘਰ ਦੀ ਸਫਾਈਆਂ ਕਰਨੀਆਂ ਪੈਣਗੀਆਂ। ਤੋ ਇਹ ਸਾਰੇ ਯੂਨੋ ਰੁਝੇਵੇਂ ਕੰਮਾਂ ਵਿੱਚ ਪੜ੍ਹਾਈ ਕਰਕੇ ਪਾਸ ਹੋਣਾ ਇਜ਼ ਗੋਇੰਗ ਟੂ ਬੀ ਅ ਡਿਫੀਕਲਟ ਆ। ਸੋ ਮਾਈ ਸੁਜੈਸ਼ਨ ਇਜ਼ ਕਿ ਫੋਗੈਟ ਅਬਾਊਟ ਕੈਨੇਡਾ, ਫੋਗੈਟ ਅਬਾਊਟ ਆਸਟ੍ਰੇਲੀਆ, ਔਰ ਐਡਮਿਸ਼ਨ ਹੋਣੀ ਵੀ ਮੁਸ਼ਕਿਲ ਹੈ। ਪਰ ਬੱਚਾ ਜਿਹੜਾ ਪਿਰਾਮਿਡ ਕਾਲਜ ਆ, ਜੇ ਬੱਚਾ ਉੱਥੇ ਐਡਮਿਸ਼ਨ ਲੈ ਲੇ, ਸੋ ਕੋਈ ਕੋਰਸ ਹੈ ਜਿਹੜਾ ਕਰ ਸਕਦਾ? ਨੋ। ਸੋ ਬੀਟੈਕ ਤੋਂ ਬਾਅਦ ਉੱਥੇ ਕੋਈ ਕੋਰਸ ਨਹੀਂ ਜਿਹੜਾ ਕਰਕੇ ਬੱਚਾ ਅੱਗੇ ਜਾ ਸਕਦਾ ਹੈ। ਜੇ 12ਵੀਂ ਹੁੰਦੀ ਤਾਂ 12ਵੀਂ ਤੋਂ ਬਾਅਦ ਆਪਾਂ ਡੈਫੀਨੇਟਲੀ ਤੁਹਾਨੂੰ ਪਿਰਾਮਿਡ ਕਾਲਜ ਫਗਵਾੜੇ ਦੇ ਵਿੱਚ ਐਡਮਿਸ਼ਨ ਦਵਾ ਕੇ, ਤੁਹਾਡੀ ਅਪਲਿਫਟਮੈਂਟ ਕਰਕੇ, ਤੁਹਾਨੂੰ ਇੰਪਰੂਵ ਕਰਕੇ, ਤੁਹਾਨੂੰ ਇੱਕ ਬੈਟਰ ਸਟੂਡੈਂਟ ਬਣਾ ਕੇ ਭੇਜ ਸਕਦੇ ਸੀ। ਕਿਉਂਕਿ ਪਿਰਾਮਿਡ ਕਾਲਜ ਕੰਮ ਕਰਦਾ ਹੈ ਤੁਹਾਡੇ ਕੌਨਫੀਡੈਂਸ ਉੱਪਰ, ਪਿਰਾਮਿਡ ਕਾਲਜ ਕੰਮ ਕਰਦਾ ਹੈ ਤੁਹਾਡੀ ਇੰਗਲਿਸ਼ ਦੇ ਉੱਪਰ। ਸੋ ਵੀ ਮੇਕ ਯੂ ਅ ਬੈਟਰ ਸਟੂਡੈਂਟ, ਹਾਓ? ਬਾਏ ਇੰਪਰੂਵਿੰਗ ਯੋਰ ਕੌਨਫੀਡੈਂਸ, ਬਾਏ ਇੰਪਰੂਵਿੰਗ ਯੋਰ ਇੰਗਲਿਸ਼ ਲੈਂਗੁਏਜ, ਤਾਂ ਕਿ ਜਦੋਂ ਤੁਸੀਂ 2 ਸਾਲ ਤੋਂ ਬਾਅਦ ਤੁਸੀਂ 3rd year ਦੇ ਵਿੱਚ ਜਾਂ 4th year ਦੇ ਵਿੱਚ ਫੋਰਨ ਯੂਨੀਵਰਸਿਟੀ ਵਿੱਚ ਪੜ੍ਹਨ ਜਾਓ, ਯੂ ਬਿਕਮ ਅ ਬੈਟਰ ਸਟੂਡੈਂਟ, ਜੋ ਕਿ ਉੱਥੋਂ ਦੇ ਸਿਸਟਮ ਵਿੱਚ ਢਲ ਸਕਦਾ ਹੈ, ਉੱਥੋਂ ਦੇ ਯੂਨੋ ਉੱਥੋਂ ਦੀ ਯੂਨੀਵਰਸਿਟੀ ਦੀ ਐਜੂਕੇਸ਼ਨ ਸਿਸਟਮ ਵਿੱਚ ਢਲ ਸਕਦਾ ਹੈ। ਸੋ ਪਿਰਾਮਿਡ ਕਾਲਜ ਪ੍ਰਿਪੇਅਰ ਕਰਦਾ ਹੈ ਬੱਚਿਆਂ ਨੂੰ ਐਡੀਓਪਲੋਏਬਲ ਬਣਾਉਣ ਲਈ। ਐਡੀਓਪਲੋਏਬਲ ਦਾ ਮਤਲਬ ਹੈ ਐਜੂਕੇਸ਼ਨ ਔਰ ਇੰਪਲੋਇਮੈਂਟ ਕ੍ਰੀਏਟ ਕਰਕੇ ਵੀ ਮੇਕ ਯੂ ਐਡੀਓਪਲੋਏਬਲ। ਸੋ ਵੀ ਡੋਂਟ ਓਨਲੀ ਗਿਵ ਯੂ ਐਜੂਕੇਸ਼ਨ, ਵੀ ਗਿਵ ਯੂ ਇੰਪਲੋਇਮੈਂਟ ਆਲਸੋ। ਸੋ ਦੋਨੋਂ ਚੀਜ਼ਾਂ ਤੁਹਾਨੂੰ ਪਿਰਾਮਿਡ ਕਾਲਜ ਫਗਵਾੜਾ ਵਿੱਚ ਮਿਲ ਸਕਦੀਆਂ। ਸਾਲ 2019 ਸੈਸ਼ਨ ਦੀ ਐਡਮਿਸ਼ਨਸ ਪਿਰਾਮਿਡ ਕਾਲਜ ਫਗਵਾੜਾ ਵਿੱਚ ਖੁੱਲ੍ਹ ਚੁੱਕੀ ਹੈ। ਜਿਹੜੇ ਬੱਚੇ ਯੂਨੋ ਸਟੱਡੀ ਟ੍ਰਾਂਸਫਰ ਪ੍ਰੋਗਰਾਮ ਰਾਹੀਂ ਜਾਣਾ ਚਾਹੁੰਦੇ ਹੈ ਵਿਦਾਊਟ ਐਨੀ ਐਕਸਟਰਾ ਫੀਸ, ਪੰਜਾਬ ਟੈਕਨੀਕਲ ਯੂਨੀਵਰਸਿਟੀ ਦੀ ਫੀਸ ਦੇ ਕੇ ਉਹ ਕੈਨੇਡਾ ਜਾਣ ਦਾ, ਆਸਟ੍ਰੇਲੀਆ ਜਾਣ ਦਾ ਸੁਪਨਾ ਆਪਣਾ ਪੂਰਾ ਕਰ ਸਕਦੇ ਹੈ। ਜੋ ਕਿ ਜੇ ਕੋਈ ਬੱਚਾ ਇੱਥੇ ਇੰਡੀਆ ਵਿੱਚ ਜੋਬ ਚਾਹੁੰਦਾ ਹੈ, ਐਨੀਮੇਸ਼ਨ, ਮਲਟੀਮੀਡੀਆ, ਹੋਟਲ ਮੈਨੇਜਮੈਂਟ, ਯੂਨੋ ਟਰੈਵਲ ਐਂਡ ਟੂਰਿਜ਼ਮ, MBA ਵਰਗੇ ਯੂਨੋ ਜੋਬ ਓਰੀਐਂਟਡ ਪ੍ਰੋਗਰਾਮਸ ਦੇ ਨਾਲ ਬੱਚਾ ਇੰਪਲੋਇਮੈਂਟ ਵੀ ਹਾਸਲ ਕਰ ਸਕਦਾ ਹੈ। ਪਿਰਾਮਿਡ ਕਾਲਜ ਵਿੱਚ ਪਿਛਲੇ ਯੂਨੋ ਸੈਸ਼ਨ ਦੇ ਵਿੱਚ 5.5 ਲੱਖ, 8-8 ਲੱਖ ਦੇ ਬੱਚਿਆਂ ਨੂੰ ਜੋਬਸ ਮਿਲੀਆਂ ਹੈ ਔਰ ਮੋਰ ਦੈਨ 80-85% ਇੰਪਲੋਇਮੈਂਟ ਰੇਟ ਰਿਹਾ ਹੈ ਜਿਹੜੇ ਬੱਚੇ ਉੱਥੇ ਪੜ੍ਹ ਰਹੇ ਸੀ। ਸੋ ਜਿਹੜੇ ਬੱਚੇ ਆਪਾਂ ਡਿਸਕਸ ਕੀਤੇ ਜਿਹਨੇ ਬੀਟੈਕ ਕੀਤੀ ਹੈ 6 ਸਾਲ ਦੇ ਵਿੱਚ, ਇਹਦੇ ਲਈ ਕੀ? ਇਹਨਾਂ ਦਾ ਕੈਨੇਡਾ ਔਰ ਆਸਟ੍ਰੇਲੀਆ ਦੇ ਵਿੱਚ ਨਹੀਂ ਹੋ ਸਕਦਾ। ਇਹ ਤੋਂ ਇਲਾਵਾ ਤੁਸੀਂ ਟਰਾਈ ਕਰ ਸਕਦੇ ਹੋ ਜਰਮਨੀ ਦੇ ਲਈ, MBA ਪ੍ਰੋਗਰਾਮ ਲਈ, ਯੂਰੋਪੀਅਨ ਕੰਟਰੀਜ਼ ਲਈ ਟਰਾਈ ਕਰ ਸਕਦੇ ਹੋ। ਨਿਊਜ਼ੀਲੈਂਡ ਵਿੱਚ ਵੀ ਹੋਣਾ ਤੁਹਾਡਾ ਮੁਸ਼ਕਿਲ ਰਹੇਗਾ ਕਿਉਂਕਿ 2 ਸਾਲ ਡਿਲੇ ਹੋ ਗਈ ਹੈ, ਦਿਸ ਇਜ਼ ਟੂ ਮੱਚ ਜੀ। ਇੰਡੀਆ ਵਿੱਚ ਫਰਦਰ MBA ਜਾਂ MTech ਕੰਟੀਨਿਊ ਕਰਕੇ ਫਿਰ ਤੁਸੀਂ ਦੁਬਾਰਾ ਤੋਂ ਟਰਾਈ ਕਰ ਸਕਦੇ ਜੀ। ਸੋ ਇੱਕ ਹੋਰ ਕਾਲਰ ਦਾ ਜੁੜ ਚੁੱਕਾ ਹੈ, ਸਵਾਗਤ ਹੈ ਜੀ, ਕੌਣ ਬੋਲ ਰਹੇ ਹੋ? ਹੈਲੋ, ਨਾਮ ਦੱਸੋ ਔਰ ਸਵਾਲ ਪੁੱਛੋ ਆਪਣਾ। ਪਹਿਲੇ ਮੈਂ ਜਾਣ ਸਕਦਾ ਕਿ ਤੁਸੀਂ ਆਪ ਕੀ ਕਰਦੇ ਹੋ? ਓਕੇ, ਐਂਡ ਰਫਲੀ ਕਿੰਨੀ ਤੁਹਾਡੀ ਸੈਲਰੀ ਹੋਏਗੀ ਔਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੋਬ ਕਰਦਿਆਂ ਨੂੰ? ਓਕੇ, ਐਂਡ ਸੋ ਬਿਕੋਜ਼ ਦੇਖੋ ਵਿਜ਼ਿਟਰ ਵੀਜ਼ਾ ਜਦੋਂ ਵੀ ਆਪਾਂ ਅਪਲਾਈ ਕਰਦੇ ਹਾਂ, ਵਾਈਫ ਜੇ ਗਈ ਹੋਈ ਹੈ ਉੱਥੇ ਜਾਂ ਸਾਡੇ ਬੱਚੇ ਉੱਥੇ ਗਏ ਹੋਏ ਹੈ, ਉਹ ਐਡਵਾਂਟੇਜ ਤਾਂ ਹੁੰਦਾ, ਪਰ ਸਾਡੀ ਆਪਣੀ ਫਾਈਨੈਂਸ਼ੀਅਲ ਯੂਨੋ ਬੈਕਿੰਗ ਕਿਹੋ ਜਿਹੀ ਹੈ ਇੰਡੀਆ ਦੇ ਵਿੱਚ, ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਸੋ ਤੁਹਾਡੀ ਆਪਣੀ ਫਾਈਨੈਂਸ਼ੀਅਲ ਬੈਕਿੰਗ ਦੇ ਬੇਸ 'ਤੇ ਤੁਹਾਨੂੰ ਵਿਜ਼ਿਟਰ ਵੀਜ਼ਾ ਮਿਲਣਾ ਹੈ, ਨਹੀਂ ਤਾਂ ਆਲਟਰਨੇਟਿਵਲੀ ਜਦੋਂ ਤੁਹਾਡੀ ਵਾਈਫ ਵਰਕ ਵੀਜ਼ਾ ਅਪਲਾਈ ਕਰੇਗੀ ਉਦੋਂ ਨਾਲ ਤੁਹਾਡੀ ਐਪਲੀਕੇਸ਼ਨ ਵੀ ਲਗਾ ਦੇਵੇ, ਕਿਉਂਕਿ ਜਦੋਂ ਤੁਸੀਂ ਸਟੂਡੈਂਟ ਤੋਂ ਵਰਕ 'ਤੇ ਜਾਂਦੇ ਹੋ, ਵਰਕ ਵੀਜ਼ਾ ਵਿੱਚ ਨਾਲ ਸਪਾਊਸ ਦੀ ਐਪਲੀਕੇਸ਼ਨ ਵੀ ਲੱਗ ਸਕਦੀ ਹੈ, ਸਪਾਊਸ ਨੂੰ ਵੀ ਵਰਕ ਵੀਜ਼ਾ ਮਿਲ ਸਕਦਾ ਹੈ। ਸੋ ਵਿਜ਼ਿਟਰ ਦੀ ਬਜਾਏ ਤੁਹਾਡੀ ਕੇਸ ਵਿੱਚ ਮੈਂ ਐਡਵਾਈਸ ਕਰਾਂਗਾ ਕਿ ਆਪਣੀ ਵਾਈਫ ਨੂੰ ਪੜ੍ਹਨ ਦਿਓ, ਮਨ ਲਗਾ ਕੇ ਪੜ੍ਹਨ ਦਿਓ,
ਯੂ نو ਜੇ ਛੁੱਟੀਆਂ ਆਉਂਦੀਆਂ ਗਰਮੀਆਂ ਦੇ ਛੁੱਟੀਆਂ ਵਿੱਚ ਇੰਡੀਆ 'ਚ ਬੁਲਾ ਲਓ, ਜਦੋਂ ਵਰਕ ਵੀਜ਼ਾ ਵਿੱਚ ਉਹ ਅਪਲਾਈ ਕਰੇਗੀ ਤਾਂ ਉਦੋਂ ਤੁਸੀਂ ਨਾਲ ਅਪਲਾਈ ਕਰੋ, ਤੁਹਾਡੇ ਬੈਟਰ ਚਾਂਸਿਸ ਹੋਣਗੇ ਵਰਕ ਵੀਜ਼ਾ ਲੱਗਣ ਦੇ ਔਰ ਉੱਥੇ ਫਰਦਰ ਜਾ ਕੇ ਅੱਗੇ ਪ੍ਰੋਗਰੈਸ ਕਰਨ ਜੀ। ਸੋ 9595 ਨੰਬਰ 'ਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਜੇਕਰ ਪਿਰਾਮਿਡੀ ਸਰਵਿਸਿਜ਼ ਕੋਲੋਂ ਤੁਸੀਂ ਕਿਸੇ ਵੀ ਕੰਟਰੀ ਦਾ ਸਟੂਡੈਂਟ ਵੀਜ਼ਾ ਚਾਹੁੰਦੇ ਹੋ, ਅੱਜ ਪੰਜਾਬ ਦੇ ਵਿੱਚ ਕਿਸੇ ਵੀ ਕੰਸਲਟੈਂਟ ਕੋਲੋਂ ਅਪਲਾਈ ਕਰਦੇ ਹੋ ਤਾਂ ਇਹ ਦੇਖ ਲਓ ਕਿ ਉਹ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਉਹਦੇ ਰਿਜ਼ਲਟਸ ਕੀ ਹੈ। ਪਿਰਾਮਿਡੀ ਸਰਵਿਸਿਜ਼ ਦੀ ਗੱਲ ਕਰ ਲਈਏ ਤਾਂ ਇਹਨਾਂ ਦੇ ਆਫੀਸ਼ੀਅਲ ਯੂਟਿਊਬ ਚੈਨਲ ਨੂੰ ਫੋਲੋ ਕਰ ਸਕਦੇ ਹੋ, ਇਹਨਾਂ ਦੇ ਫੇਸਬੁੱਕ ਪੇਜ ਨੂੰ ਫੋਲੋ ਕਰ ਸਕਦੇ ਹੋ ਔਰ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਆ ਕੇ ਲੱਗੇ ਵੀਜ਼ੇ ਵੇਖ ਸਕਦੇ ਹੋ। ਪਿਰਾਮਿਡੀ ਸਰਵਿਸਿਜ਼ ਉਹ ਕੰਪਨੀ ਹੈ ਜਿਹੜੀ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਹਰ ਇੱਕ ਇਨਟੇਕ ਦੇ ਵਿੱਚ ਵੀਜ਼ੇ ਲੈਂਦੀ ਹੈ ਔਰ ਡਾਇਰੈਕਟ ਆਏ ਆਪਸ ਨੇ ਡਾਇਰੈਕਟ ਕਾਲਜ ਦੇ ਰਿਪ੍ਰੈਜੈਂਟੇਟਿਵ ਜਿਹੜੇ ਨੇ ਦਫ਼ਤਰਾਂ ਵਿੱਚ ਆਉਂਦੇ ਨੇ ਔਰ ਬੱਚਿਆਂ ਨੂੰ ਜਿਹੜਾ ਜਾਣਕਾਰੀ ਦਿੰਦੇ। ਸੋ ਇੱਕ ਹੋਰ ਕਾਲਜ ਤੋਂ ਜੁੜ ਚੁੱਕੇ ਨੇ, ਸਵਾਗਤ ਹੈ ਜੀ, ਕੌਣ ਬੋਲ ਰਹੇ? ਸਵਾਗਤ ਹੈ ਜੀ, ਨਾਮ ਦੱਸੋ ਆਪਣਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਹਰਮਨਜੀਤ ਗੱਲ ਕਰ ਰਹੀ ਹਾਂ ਨਵਾਂ ਸ਼ਹਿਰ ਤੋਂ। ਜੀ ਹਰਮਨ ਜੀ, ਜਲੰਧਰ ਵਿੱਚ ਜਿਹੜਾ ਸੈਮੀਨਾਰ ਹੋਇਆ ਸੀ, ਓਵਰ 25 ਕਾਲਜਾਂ ਦੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਆਏ ਸੀ, ਵੱਡੇ ਵੱਡੇ ਨਾਮ ਆਏ ਸੀਗੇ ਜਿਹੜੇ ਮੌਕੇ 'ਤੇ ਦਾਖਲੇ ਦਾ ਨਤੀਜਾ ਦੇ ਕੇ ਗਏ। ਸੋ ਯੂ نو ਬਟ ਨੈਵਰ ਦ ਲੈਸ, ਹੁਣ ਅਗਲੇ ਸੈਮੀਨਾਰ ਦੀ ਡੇਟਸ ਨੋਟ ਕਰ ਲਓ ਔਰ ਭੁੱਲਣਾ ਨਹੀਂ, ਸੈਮੀਨਾਰ ਦਾ ਹਿੱਸਾ ਜ਼ਰੂਰ ਬਣਨਾ ਹੈ ਕਿਉਂਕਿ ਤੁਹਾਨੂੰ ਮੌਕਾ ਮਿਲਦਾ ਹੈ, ਓਪਰਚੁਨਿਟੀ ਮਿਲਦੀ ਹੈ ਦਾਖਲਾ ਅਧਿਕਾਰੀਆਂ ਨਾਲ ਰੂਬਰੂ ਹੋ ਕੇ ਯੂ نو ਗੱਲਬਾਤ ਕਰਨ ਦੀ, ਪ੍ਰੋਗਰਾਮ ਬਾਰੇ ਪੁੱਛਣ ਦੀ, ਇੰਪਲੋਇਮੈਂਟ ਬਾਰੇ ਗੱਲ ਕਰਨ ਦੀ, ਲੋਕੇਸ਼ਨ ਸਮਝਣ ਦੀ, ਉੱਥੇ ਸਟੇ ਕਰਨ ਦੀ ਆਪਸ਼ਨਸ ਦੀ, ਸਟੇ ਬੈਕ ਕਰਨ ਦੀ ਆਪਸ਼ਨਸ ਦੀ, ਕਿਉਂਕਿ ਯੂ نو ਜਿਹੜੇ ਸਾਡੇ ਵੀਜ਼ਾ ਕਾਊਂਸਲਰਸ ਹੁੰਦੇ ਆ ਰੂਟੀਨ ਦਾ ਕੰਮ ਕਰ ਕਰਕੇ ਮਲਟੀਪਲ ਇੰਸਟੀਟਿਊਸ਼ਨਸ ਕਰ ਕਰਕੇ ਕਈ ਵਾਰੀ ਉਹ ਇਨਫੋਰਮੇਸ਼ਨ ਨਹੀਂ ਦੇ ਸਕਦੇ ਜੋ ਰਿਕਰੂਟਰਸ ਦੇ ਸਕਦੇ ਆ, ਦਾਖਲਾ ਅਧਿਕਾਰੀ ਦੇ ਸਕਦੇ ਆ। ਸੋ ਜੇ ਤੁਸੀਂ ਅਗਲੇ ਸੈਮੀਨਾਰ ਦਾ ਹਿੱਸਾ ਬਣਨਾ ਚਾਹੁੰਦੇ ਹੋ, ਕੈਨੇਡਾ ਐਜੂਕੇਸ਼ਨ ਐਕਸਪੋ ਦਾ ਹਿੱਸਾ ਬਣਨਾ ਚਾਹੁੰਦੇ ਹੋ, ਤਾਂ ਤੁਸੀਂ ਮਿਲ ਸਕਦੇ ਹੋ ਪਿਰਾਮਿਡ ਈ ਸਰਵਿਸਿਜ਼ ਦੇ ਆਫਿਸਿਸ ਵਿੱਚ ਰਿਕਰੂਟਰਸ ਨੂੰ ਔਰ ਸਾਡੇ ਵੀਜ਼ਾ ਆਫਿਸਰਸ ਨਾਲ ਗੱਲਬਾਤ ਕਰਕੇ ਸਹੀ ਯੂ نو ਸਟੂਡੈਂਟ ਵੀਜ਼ਾ ਰਿਲੇਟਡ ਔਰ ਫਾਈਲਿੰਗ ਰਿਲੇਟਡ ਸਲਾਹ ਲੈ ਸਕਦੇ ਹੋ। ਡੇਟਸ ਤੁਸੀਂ ਨੋਟ ਡਾਊਨ ਕਰ ਸਕਦੇ ਹੋ, 16 ਫਰਵਰੀ ਨੂੰ ਸੈਮੀਨਾਰ ਆਯੋਜਨ ਕਰਵਾਇਆ ਜਾ ਰਿਹਾ ਹੈ ਨਵੀਂ ਦਿੱਲੀ ਦੇ ਵਿੱਚ, ਨਹਿਰੂ ਪਲੇਸ ਵਿੱਚ। ਪਿਰਾਮਿਡ ਈ ਸਰਵਿਸਿਜ਼ ਦਾ ਆਪਣਾ ਆਫਿਸ ਹੈ, 4th ਫਲੋਰ 'ਤੇ ਦੇਵਿਕਾ ਟਾਵਰ ਨਹਿਰੂ ਪਲੇਸ ਵਿੱਚ ਆਫਿਸ ਹੈ, ਜਿੱਥੇ ਤੁਸੀਂ ਜਾ ਕੇ ਗੱਲਬਾਤ ਕਰਕੇ ਸਲਾਹ ਲੈ ਸਕਦੇ ਹੋ। 18 ਫਰਵਰੀ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਜਲੰਧਰ ਪਿਰਾਮਿਡ ਈ ਸਰਵਿਸਿਜ਼ ਦੇ ਦਫ਼ਤਰ ਵਿੱਚ, ਜੋ ਕਿ ਗੜਾ ਰੋਡ ਨੇੜੇ ਬੱਸ ਸਟੈਂਡ ਜਲੰਧਰ ਵਿੱਚ ਹੈ। 19 ਫਰਵਰੀ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਮੋਗੇ ਵਿੱਚ, ਜੋ ਕਿ ਅੰਮ੍ਰਿਤਸਰ ਰੋਡ 'ਤੇ ਹੈ, ਜਲੰਧਰ ਅੰਮ੍ਰਿਤਸਰ ਰੋਡ 'ਤੇ ਜੋ ਕਿ ਆਫਿਸ ਸਿਚੁਏਟਡ ਹੈ। ਤੁਸੀਂ ਪਿਰਾਮਿਡ ਈ ਸਰਵਿਸਿਜ਼ ਮੋਗੇ ਦੇ ਦਫ਼ਤਰ ਵਿੱਚ ਵੀ ਜਾ ਕੇ ਸਾਡੇ ਤੋਂ ਸੇਵਾਵਾਂ ਲੈ ਸਕਦੇ ਹੋ। 20 ਫਰਵਰੀ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਲੁਧਿਆਣੇ ਦੇ ਵਿੱਚ, ਲੁਧਿਆਣੇ ਵਿੱਚ ਪਿਰਾਮਿਡ ਈ ਸਰਵਿਸਿਜ਼ ਦੇ ਆਫਿਸ ਵਿੱਚ ਜਾ ਕੇ ਤੁਸੀਂ ਸੇਵਾਵਾਂ ਸਾਡੇ ਤੋਂ ਸੈਮੀਨਾਰ ਬਾਰੇ ਜਾ ਕੇ ਇਨਫੋਰਮੇਸ਼ਨ ਲੈ ਸਕਦੇ ਹੋ। 22 ਫਰਵਰੀ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਚੰਡੀਗੜ੍ਹ ਵਿੱਚ, ਸੈਕਟਰ 17 ਵਿੱਚ, ਅਬਵ ਹੌਟ ਮਿਲੀਅਨਸ ਵਿੱਚ ਪਿਰਾਮਿਡ ਈ ਸਰਵਿਸਿਜ਼ ਦਾ ਦਫ਼ਤਰ ਹੈ, ਉੱਥੇ ਜਾ ਕੇ ਵੀ ਤੁਸੀਂ ਸਾਡੇ ਤੋਂ ਇਨਫੋਰਮੇਸ਼ਨ ਲੈ ਸਕਦੇ ਹੋ। 23 ਫਰਵਰੀ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਪਟਿਆਲੇ ਦੇ ਵਿੱਚ, 25 ਫਰਵਰੀ ਨੂੰ ਸੈਮੀਨਾਰ ਕਰਵਾਇਆ ਜਾ ਰਿਹਾ ਬਠਿੰਡਾ ਵਿੱਚ ਔਰ 26 ਨੂੰ ਪਠਾਨਕੋਟ ਵਿੱਚ। ਸੋ ਇੱਕ ਵਾਰੀ ਡਿਟੇਲਸ ਫਿਰ ਨੋਟ ਕਰ ਲਓ, ਜਿਹੜੇ ਸ਼ਹਿਰ ਵਿੱਚ ਤੁਸੀਂ ਬਿਲੋਂਗ ਕਰਦੇ ਹੋ ਉਹ ਸ਼ਹਿਰ ਵਿੱਚ ਆ ਕੇ ਪਿਰਾਮਿਡ ਦੀਆਂ ਸੇਵਾਵਾਂ ਤੁਸੀਂ ਲੈ ਸਕਦੇ ਹੋ। 16 ਫਰਵਰੀ ਦਿੱਲੀ, 18 ਫਰਵਰੀ ਜਲੰਧਰ, 19 ਫਰਵਰੀ ਮੋਗਾ, 20 ਫਰਵਰੀ ਲੁਧਿਆਣਾ, 22 ਫਰਵਰੀ ਚੰਡੀਗੜ੍ਹ, 23 ਫਰਵਰੀ ਪਟਿਆਲਾ, 25 ਫਰਵਰੀ ਬਠਿੰਡਾ ਅਤੇ 26 ਫਰਵਰੀ ਪਠਾਨਕੋਟ ਵਿੱਚ ਜਾ ਕੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ ਦੇ ਦਾਖਲਾ ਅਧਿਕਾਰੀਆਂ ਨਾਲ ਮਿਲ ਕੇ ਗੱਲਬਾਤ ਕਰਕੇ ਤੁਸੀਂ ਸਾਡੀਆਂ ਸੇਵਾਵਾਂ ਲੈ ਸਕਦੇ ਹੋ ਔਰ ਸਟੂਡੈਂਟ ਵੀਜ਼ੇ 'ਤੇ ਜਾਣ ਦਾ ਆਪਣਾ ਸੁਪਨਾ ਸਾਕਾਰ ਕਰ ਸਕਦੇ ਜੀ। ਔਰ ਘਰ ਬੈਠੇ ਕੋਈ ਇਨਫੋਰਮੇਸ਼ਨ ਚਾਹੁੰਦੇ ਹੋ ਤਾਂ 9595 ਨੰਬਰ 'ਤੇ ਕਾਲ ਕਰ ਸਕਦੇ ਹੋ। ਹੁਣੇ ਇਨਫੋਰਮੇਸ਼ਨ ਚਾਹੁੰਦੇ ਤਾਂ ਹੁਣੇ ਕਾਲ ਕਰੋ, ਤੁਹਾਡੀ ਕੋਸ਼ਿਸ਼ ਕਰਾਂਗੇ ਕਾਲ ਜਿਹੜੀ ਹੈ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤੀ ਜਾਵੇ, ਤੁਹਾਡੇ ਸਵਾਲਾਂ ਦੇ ਜਵਾਬ ਹੁਣੇ ਮਿਲ ਸਕਣ। ਤਰੀਕਾ ਇੱਕ ਵਾਰ ਫਿਰ ਤੋਂ ਨੋਟ ਕਰ ਲਓ, ਸੈਮੀਨਾਰ ਦੀਆਂ 16 ਫਰਵਰੀ ਸੈਮੀਨਾਰ ਨਵੀਂ ਦਿੱਲੀ ਦੇ ਵਿੱਚ ਹੈ, 18 ਫਰਵਰੀ ਜਲੰਧਰ, 19 ਫਰਵਰੀ ਮੋਗਾ, 20 ਫਰਵਰੀ ਲੁਧਿਆਣਾ, 22 ਫਰਵਰੀ ਚੰਡੀਗੜ੍ਹ, 23 ਫਰਵਰੀ ਪਟਿਆਲਾ, 25 ਫਰਵਰੀ ਬਠਿੰਡਾ ਅਤੇ 26 ਫਰਵਰੀ ਨੂੰ ਸੈਮੀਨਾਰ ਪਠਾਨਕੋਟ ਦੇ ਵਿੱਚ ਕਰਵਾਇਆ ਜਾ ਰਿਹਾ ਹੈ। ਸੋ ਇਹਨਾਂ ਸੈਮੀਨਾਰਸ ਦਾ ਹਿੱਸਾ ਬਣ ਸਕਦੇ ਹੋ, ਆਪਣੇ ਪੇਰੈਂਟਸ ਨੂੰ ਲੈ ਕੇ ਜਾਓ ਨਾਲ, ਆਪਣੇ ਓਰੀਜਨਲ ਡਾਕੂਮੈਂਟਸ ਲੈ ਕੇ ਜਾਓ, ਜੇਕਰ ਕਿਸੇ ਕੰਟਰੀ ਤੋਂ ਰਿਫਿਊਜ਼ ਹੋ ਤਾਂ ਰਿਫਿਊਜ਼ਲ ਲੈਟਰ ਲੈ ਕੇ ਜ਼ਰੂਰ ਜਾਓ। ਸਵਾਗਤ ਕਰਦੇ ਹਾਂ ਜੀ, ਕੌਣ ਬੋਲ ਰਹੇ? ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਜੀ। ਜੀ ਸਰ, ਲੱਕੀ ਗੱਲ ਕਰ ਰਿਹਾ ਜੀ, ਮੈਂ ਹੁਸ਼ਿਆਰਪੁਰ ਤੋਂ। ਲੱਕੀ ਜੀ, ਸਵਾਲ ਪੁੱਛੋ। ਸਰ ਐਕਚੁਅਲੀ ਮੈਂ ਨਾ ਪਲੱਸ ਟੂ ਕਰਦਾ ਪਿਆ, ਕਮਰਸ ਸਟ੍ਰੀਮ ਆ ਮੇਰੀ, ਮੇਰਾ ਨਾ 2019 ਚ ਮਤਲਬ ਕਲੀਅਰ ਹੋਣੀ, ਮਾਰਚ ਨੂੰ ਆ ਮੇਰੇ ਐਗਜ਼ਾਮ। ਓਕੇ, ਤਾਂ ਦੈਨ ਮੈਂ ਕਨਫਰਮ ਕਰਨਾ ਸੀ ਕਿ ਮੈਨੂੰ ਕਿੰਨੇ ਕੁ ਬੈਂਚ ਸਕੋਰ ਚਾਹੀਦੇ ਆ ਕਿ ਜਿਹਦੇ ਨਾਲ ਸੈਪਟੈਂਬਰ ਇਨਟੇਕ ਚ ਅਪਲਾਈ ਕਰ ਸਕਾਂ ਮੈਂ।
ਦੇਖੋ SDS ਦੇ ਵਿੱਚ ਤੁਸੀਂ ਜੇ ਅਪਲਾਈ ਕਰਨਾ ਤੇ IELTS ਵਿੱਚ 6 ਬੈਂਡ ਹਰ ਇੱਕ ਮੋਡਿਊਲ ਦੇ ਵਿੱਚ ਚਾਹੀਦੇ SDS ਨਿਯਮ ਕੀ ਹੈ ਜਿਹੜੇ ਬੱਚੇ 2019 ਵਿੱਚ ਗ੍ਰੈਜੂਏਟ ਹੋਣ ਜਾ ਰਹੇ ਆ 12ਵੀਂ ਕਰਨ ਜਾ ਰਹੇ ਉਹਨਾਂ ਲਈ ਬਹੁਤ ਇੰਪੋਰਟੈਂਟ ਹੈ ਕਿ ਇਸ ਬਾਰੇ ਜਾਣਕਾਰੀ ਔਰ ਇਨਫੋਰਮੇਸ਼ਨ ਲਿੱਤੀ ਜਾਵੇ SDS ਨਿਯਮਾਂ ਦੇ ਤਹਿਤ ਕੁਝ ਇੰਪੋਰਟੈਂਟ ਅਨਾਊਂਸਮੈਂਟਸ ਕੈਨੇਡਾ ਇਮੀਗ੍ਰੇਸ਼ਨ ਨੇ CIC ਨੇ ਕੀਤੀਆਂ ਹੈ ਪਹਿਲੀ ਅਨਾਊਂਸਮੈਂਟ IELTS ਵਿੱਚ ਹੁਣ 6 ਬੈਂਡ ਹਰ ਇੱਕ ਮੋਡਿਊਲ ਦੇ ਵਿੱਚ ਮੈਨੂੰ ਮੈਂਡੇਟੋਰੀ ਕਰ ਦਿੱਤੇ ਗਏ ਹੈ ਲਾਜ਼ਮੀ ਕਰ ਦਿੱਤੇ ਗਏ ਹੈ 6 ਰਾਈਟਿੰਗ 6 ਸਪੀਕਿੰਗ 6 ਲਿਸਨਿੰਗ 6 ਰੀਡਿੰਗ ਓਵਰਆਲ ਵੀ 6 ਜਾਂ 6.5 ਹੋਣੇ ਚਾਹੀਦੇ ਹੈ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤਾਂ 6.5 ਈਚ 6 ਕਰ ਦਿੱਤੇ ਗਏ ਹੈ ਜੇ ਤੁਸੀਂ SDS ਦੇ ਵਿੱਚ ਨਹੀਂ ਪਰ ਨੋਨ SDS ਦੇ ਵਿੱਚ ਜਾਂ ਯੂਨੀਵਰਸਿਟੀ ਵਿੱਚ ਲਗਾਉਣਾ ਚਾਹੁੰਦੇ ਹੋ ਤਾਂ 6.5 ਬੈਂਡ ਨਾਲ ਦਾਖਲਾ ਵੀ ਹੋ ਸਕਦਾ ਹੈ ਵੀਜ਼ਾ ਵੀ ਆ ਸਕਦਾ ਹੈ ਪਰ ਵੀਜ਼ਾ ਅਪਰੂਵਲ ਰੇਟ 30-40% ਘੱਟ ਰਹਿਣਗੇ ਸੋ ਇਹ ਮੰਨ ਕੇ ਚੱਲੋ ਕਿ ਜੇ 90% ਵੀਜ਼ਾ ਅਪਰੂਵਲ ਰੇਟ ਹੈ SDS ਐਪਲੀਕੇਸ਼ਨਸ ਦਾ ਤਾਂ ਨੋਨ SDS ਦਾ 65-70% ਰਹੇਗਾ ਸੋ ਜੇ ਤੁਹਾਡਾ ਨੋਨ SDS ਵਿੱਚ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਤਾਂ ਆਪਣੇ ਏਜੰਟ ਨੂੰ ਜਾ ਕੇ ਬਲੇਮ ਕਰਨ ਦੀ ਲੋੜ ਨਹੀਂ ਹੈ ਕਿ ਤੁਸੀਂ ਦੱਸਿਆ ਕਿਉਂ ਨਹੀਂ ਜੀ ਕਿ 6 ਈਚ ਚਾਹੀਦੇ ਹੈ ਇਹ ਗੱਲ ਮੰਨ ਕੇ ਚੱਲੋ ਜੇ IELTS ਵਿੱਚ ਤੁਹਾਡੇ 6-5.5 ਬੈਂਡ ਰਹਿ ਜਾਂਦੇ ਆ ਵੀਜ਼ਾ ਆ ਸਕਦਾ ਹੈ ਪਰ ਪਰਸੈਂਟੇਜ ਆਫ ਗੈਟਿੰਗ ਦ ਵੀਜ਼ਾ ਵਿਲ ਬੀ ਲੈਸ ਚਾਂਸਿਸ ਥੋੜ੍ਹੇ ਘੱਟ ਰਹਿਣਗੇ ਇਹ ਨਹੀਂ ਕਿ ਬਿਲਕੁਲ ਨਹੀਂ ਆਏਗਾ 65-70% ਚਾਂਸਿਸ ਰਹਿਣਗੇ ਵੀਜ਼ਾ ਆਉਣ ਦੇ SDS ਦੇ 85-95% ਰਹਿਣਗੇ ਨੋਨ SDS ਦੇ 65-75% ਰਹਿਣਗੇ ਹੁਣ ਮੈਂ ਦੱਸੂੰਗਾ ਇਸ ਤੋਂ ਬਾਅਦ ਕਿ ਨੋਨ SDS ਦੀ ਪ੍ਰੋਫਾਈਲ ਆਪਾਂ ਕਿੱਦਾਂ ਆਪਾਂ ਮੈਨੇਜ ਕਰੀਏ ਕਿ ਵੀਜ਼ਾ ਸਾਡਾ 65% ਤੋਂ 75% 'ਤੇ ਪਹੁੰਚ ਜਾਵੇ ਔਰ ਨੋਨ SDS ਦੀ ਕਿਵੇਂ ਮੈਨੇਜ ਕਰੀਏ ਕਿ 85-95% 'ਤੇ ਪਹੁੰਚ ਜਾਵੇ SDS ਲਈ ਪਹਿਲੀ ਕੰਡੀਸ਼ਨ 6 ਈਚ ਦੂਜੀ ਕੰਡੀਸ਼ਨ 1 ਸਾਲ ਦੀ ਫੀਸ ਬਾਕੀ ਸਾਰੀ ਕੰਡੀਸ਼ਨਾਂ ਸੇਮ ਹੈ ਕਿ ਯੂਨੋ ਸਰਕਾਰੀ ਕਾਲਜ ਵਿੱਚ ਜਾਂ ਜਿਹੜੀ ਕਾਲਜਿਸ ਵੀ ਤੂੰ ਜ਼ਿਆਦਾ ਦਾਖਲਾ ਲੈ ਰਹੇ ਹੋ ਉਹ ਕਾਲਜ ਕੋਲ DLI ਹੋਣਾ ਚਾਹੀਦਾ ਹੈ ਸੋ SDS ਦੇ ਆਉਣ ਨਾਲ ਇਹ ਚੀਜ਼ ਇੱਕ ਬਹੁਤ ਜ਼ਿਆਦਾ ਕਨਫਿਊਜ਼ਿੰਗ ਹੋ ਗਈ ਹੈ ਕਿ ਦਾਖਲਾ ਕਿੱਥੇ ਲਈਏ ਦੇਖੋ ਵਰਕ ਵੀਜ਼ਾ ਮਿਲਣ ਵਾਲੇ ਕਾਲਜ ਵੱਖਰੇ ਹੈ ਦਾਖਲਾ ਦੇ ਕੇ ਪੜ੍ਹਾਉਣ ਵਾਲੇ ਕਾਲਜ ਵੱਖਰੇ ਹੈ ਦੋ ਜਿਹੜਾ ਕਾਲਜ ਵਰਕ ਵੀਜ਼ਾ ਦੇ ਸਕਦਾ ਹੈ ਉਹ ਪੜ੍ਹਾ ਵੀ ਸਕਦਾ ਹੈ ਪਰ ਪੜ੍ਹਾਈ ਤੋਂ ਬਾਅਦ ਉਹਨਾਂ ਦੇ ਵਰਕ ਵੀਜ਼ਾ ਵੀ ਮਿਲ ਸਕਦਾ ਹੈ ਪ੍ਰਾਈਵੇਟ ਇੰਸਟੀਟਿਊਸ਼ਨਸ ਜਿਨ੍ਹਾਂ ਦਾ ਆਰਟੀਕੂਲੇਸ਼ਨ ਸਰਕਾਰੀ ਕਾਲਜਾਂ ਨਾਲ ਨਹੀਂ ਹੈ ਜਾਂ ਜਿਹੜੇ ਪ੍ਰਾਈਵੇਟ ਇੰਸਟੀਟਿਊਸ਼ਨ ਕੋਲ ਬੈਚਲਰਸ ਡਿਗਰੀ ਜਾਂ ਐਸੋਸੀਏਟ ਡਿਗਰੀ ਨਹੀਂ ਹੈ ਉਹਨਾਂ ਦੀ ਪੜ੍ਹਾਈ ਕਰਨ ਤੋਂ ਬਾਅਦ ਵਰਕ ਵੀਜ਼ਾ ਨਹੀਂ ਮਿਲਦਾ ਪਰ ਯੂਨੋ ਜਿਹੜੇ ਪ੍ਰਾਈਵੇਟ ਕਾਲਜਿਸ ਜਿਹਨੋਂ 1+1 ਜਾਂ 2+2 ਵਿੱਚ ਪੜ੍ਹਾਉਂਦੇ ਆ ਉਹਨਾਂ ਬੱਚੇ ਜਦੋਂ ਪਬਲਿਕ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਜਾਂਦੇ ਆ ਉਹਨਾਂ ਨੂੰ ਉਸ ਤੋਂ ਬਾਅਦ ਵਰਕ ਵੀਜ਼ਾ ਮਿਲ ਸਕਦਾ ਹੈ ਸੋ ਇਹ ਚੀਜ਼ ਹਮੇਸ਼ਾ ਆਪਣੇ ਦਿਮਾਗ ਵਿੱਚ ਰੱਖਣੀ ਹੈ ਤਾਂ ਕਿ ਗਲਤ ਏਜੰਟਾਂ ਦੇ ਹੱਥ ਵਿੱਚ ਫਸ ਕੇ ਗਲਤ ਕਾਲਜ ਦੇ ਵਿੱਚ ਟਰੈਪ ਹੋ ਕੇ ਕਿਤੇ ਆਪਣਾ ਭਵਿੱਖ ਖਰਾਬ ਕਰਕੇ ਨਾ ਬਹਿ ਜਾਣਾ ਕਿਉਂਕਿ ਪ੍ਰਾਈਵੇਟ ਕਾਲਜਿਸ ਨੂੰ ਵਰਕ ਵੀਜ਼ਾ ਨਹੀਂ ਮਿਲਦਾ 20 ਘੰਟੇ ਵਰਕ ਅਲਾਊਡ ਹੈ ਛੁੱਟੀਆਂ ਵਿੱਚ ਫੁੱਲ ਟਾਈਮ ਵਰਕ ਅਲਾਊਡ ਹੈ ਪਰ ਪੜ੍ਹਾਈ ਤੋਂ ਬਾਅਦ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਨਹੀਂ ਮਿਲਦਾ ਸੋ ਇਹ ਚੀਜ਼ ਹਮੇਸ਼ਾ ਯਾਦ ਰੱਖਣਾ ਇਹ SDS ਹੋ ਗਿਆ ਨੋਨ SDS ਦੀ ਆਪਾਂ ਗੱਲ ਕਰੀਏ ਤਾਂ 6-5.5 ਬੈਂਡ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ ਵੀਜ਼ਾ ਵੀ ਆ ਸਕਦਾ ਹੈ ਪਰ ਚਾਂਸਿਸ ਕਿੱਦਾਂ ਬੈਟਰ ਕਰੀਏ ਉਹ ਆਪਾਂ ਸਮਝਣ ਦੀ ਲੋੜ ਹੈ ਸਾਨੂੰ ਚਾਂਸਿਸ ਬੈਟਰ ਕਰਨ ਲਈ ਨੋਨ SDS ਵਿੱਚ ਵੀ 1 ਸਾਲ ਦੀ ਫੀਸ ਪੇ ਕਰੋ ਬਾਕੀ ਆਪਾਂ ਡਿਸਕਸ਼ਨ ਕਰਾਂਗੇ ਇਸ ਕਾਲ ਤੋਂ ਬਾਅਦ ਜੀ ਸੋ ਕਾਲ ਕੱਟੀ ਗਈ ਹੈ ਤੁਸੀਂ ਕੰਟੀਨਿਊ ਕਰੋ ਸੋ ਯੂਨੋ 1 ਸਾਲ ਦੀ ਫੀਸ ਪੇ ਕਰੋ ਚਾਹੇ ਨੋਨ SDS ਵਿੱਚ ਵੀ ਫਾਈਲ ਲਾ ਰਹੇ ਹੋ ਕਾਲਜ ਚਾਹੇ 1 ਸਮੈਸਟਰ ਦੀ ਫੀਸ ਵੀ ਐਕਸੈਪਟ ਕਰ ਰਿਹਾ ਹੈ ਪਰ 1 ਸਾਲ ਦੀ ਫੀਸ ਪੇ ਕਰਨ ਨਾਲ ਆਪਣੇ ਚਾਂਸਿਸ ਜਿਹੜੇ ਹੈਗੇ ਆ ਉਹ ਵੱਧ ਜਾਂਦੇ ਆ ਸਭ ਤੋਂ ਪਹਿਲਾ ਪੁਆਇੰਟ ਜੀ ਸੋ ਬਸ ਕਾਲ ਲੈ ਲਈ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਸਵਾਗਤ ਹੈ ਜੀ ਕੌਣ ਬੋਲ ਰਹੇ ਹੋ ਹੈਲੋ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਸਵਾਲ ਪੁੱਛੋ ਹਾਂਜੀ ਸਰ ਮੈਂ ਨਾ ਵੇਦੀ ਸਰ ਨਾਲ ਗੱਲ ਕਰਨਾ ਚਾਹੁੰਦਾ ਜੀ ਤੁਹਾਡੀ ਆਵਾਜ਼ ਬਿਲਕੁਲ ਸੁਣ ਰਹੀ ਹੈ ਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰ ਰਹੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਰ ਮੈਂ ਨਾ ਆਪਣਾ ਨਾਮ ਨਹੀਂ ਤੁਹਾਨੂੰ ਦੱਸ ਸਕਦਾ ਓਕੇ ਤੇ ਮੇਰਾ ਨਾ ਇੱਕ ਬੇਟਾ ਹੈਗਾ ਆ 2010 ਤੇ ਉਹਨੇ ਸਟੱਡੀ ਕੀਤੀ ਆ +2 ਜੀ ਓਕੇ ਤੇ ਉਸ ਤੋਂ ਬਾਅਦ ਉਹਨੇ ਕੁਛ ਨਹੀਂ ਕੀਤਾ ਬਸ ਲੜਾਈ ਆ ਇੱਧਰ ਝਗੜੇ ਆਸ਼ਕੀ ਸਾਰਾ ਕੁਛ ਮਤਲਬ ਇਹੀ ਕਰਦਾ ਆ ਤੇ ਉਹਨੇ ਨਾ ਆਪਾਂ ਨੂੰ ਸਹੀ ਰਾਹ ਪਾਉਣਾ ਮਤਲਬ ਬਾਹਰ ਭੇਜਣਾ ਆ ਪਰਚਾ ਵਗੈਰਾ ਹੋਇਆ ਹੋਇਆ ਫਿਰ ਨਾਮ ਦੱਸਣ ਚ ਕੀ ਪ੍ਰੋਬਲਮ ਹੈ ਦੇਖੋ ਜੇ ਤੇ ਕੋਈ ਲੀਗਲ ਜਾਂ ਪੁਲਿਸ ਐਕਸ਼ਨ ਉਹਦੇ ਉੱਪਰ ਨਹੀਂ ਚੱਲ ਰਿਹਾ ਹੈ ਤੇ ਆਪਾਂ ਡੈਫੀਨੇਟਲੀ ਹੈਲਪ ਕਰ ਸਕਦੇ ਹਾਂ ਜੇ ਬੱਚਾ ਯੂਨੋ ਅਵਾਰਾਗਰਦੀ 'ਚ ਜਾਂ ਇੱਦਾਂ ਦੀ ਚੀਜ਼ਾਂ 'ਚ ਜ਼ਿਆਦਾ ਹੈ ਤਾਂ ਤੁਹਾਨੂੰ ਕਾਉਂਸਲਿੰਗ ਕਰਨੀ ਚਾਹੀਦੀ ਹੈ ਸਾਡੇ ਕੋਲ ਲੈ ਕੇ ਆਓ ਆਪਾਂ ਵੀ ਬੱਚੇ ਨਾਲ ਗੱਲ ਕਰਾਂਗੇ ਤਾਂ ਕਿ ਉਹਨੂੰ ਸਹੀ ਰਸਤੇ ਪਾ ਸਕੀਏ ਦੇਖੋ ਅੱਜ ਦੀ ਡੇਟ ਵਿੱਚ ਜਿਹੜੇ ਵੀ ਯੂਨੋ ਕੰਟਰੀਆਂ ਬੱਚੇ ਪੜ੍ਹਾਈ ਵੀਜ਼ੇ 'ਤੇ ਲੈ ਰਹੀਆਂ
ਉਹ ਇੱਕ ਬੜੀ ਕਾਮਨ ਪ੍ਰੋਬਲਮ ਫੇਸ ਕਰ ਰਹੀ ਹੈ, ਚਾਹੇ ਉਹ ਕੈਨੇਡਾ ਹੈ ਚਾਹੇ ਆਸਟ੍ਰੇਲੀਆ ਹੈ, ਜਿਹੜੇ ਆਪਣੇ ਪੰਜਾਬੀ ਬੱਚੇ ਜਾਂਦੇ ਆ ਨਾ ਜੀ, ਉਹ ਉੱਥੇ ਜਾ ਕੇ ਯੂਨੋ ਇੱਦਾਂ ਦੀਆਂ ਪ੍ਰੋਬਲਮਾਂ ਦੇ ਵਿੱਚ ਯੂਨੋ ਮੱਲੋ ਮੱਲੀ ਪੈ ਜਾਂਦੇ ਆ, ਨਹੀਂ ਵੀ ਪੈਣਾ ਚਾਹੁੰਦੇ ਤਾਂ ਵੀ ਪੈ ਜਾਂਦੇ ਆ। ਮੇਰੇ ਨਾਲ ਕੋਈ ਯੂਨੀਵਰਸਿਟੀ ਦਾ ਯੂਨੋ ਪ੍ਰੈਜ਼ੀਡੈਂਟ ਗੱਲ ਕਰ ਰਿਹਾ ਸੀ, ਕਹਿੰਦਾ ਭਵਨੂਰ ਤੁਹਾਡੇ ਪੰਜਾਬ ਦੇ 10 ਬੱਚੇ ਔਰ ਸਾਊਥ ਇੰਡੀਆ ਦੇ 100 ਬੱਚੇ, ਤੁਹਾਡੇ ਕਹਿੰਦਾ ਪੰਜਾਬ ਦੇ 10 ਬੱਚੇ ਜ਼ਿਆਦਾ ਖੱਪ ਖਾਨਾ ਪਾਉਂਦੇ ਹੈ ਔਰ ਸਾਊਥ ਇੰਡੀਆ ਦਾ 100 ਬੱਚਾ ਵੀ ਉਨਾ ਖੱਪ ਖਾਨਾ ਨਹੀਂ ਪਾਉਂਦਾ, ਗੁਜਰਾਤ ਦਾ ਬੱਚਾ ਉਨਾ ਖੱਪ ਖਾਨਾ ਨਹੀਂ ਪਾਉਂਦਾ, ਮਹਾਰਾਸ਼ਟਰਾ ਦਾ ਨਹੀਂ ਪਾਉਂਦਾ। ਤੁਹਾਡੇ ਜਦੋਂ 10 ਪੰਜਾਬੀ ਬੱਚੇ ਇਕੱਠੇ ਹੋ ਜਾਂਦੇ ਹੈ ਨਾ, ਅਤੇ ਪੋਲੀਟਿਕਸ ਔਰ ਯੂਨੋ ਸ਼ੋਰ ਸ਼ਰਾਬਾ ਔਰ ਹੋਰ ਯੂਨੋ ਚੀਜ਼ਾਂ ਸ਼ੁਰੂ ਕਰ ਦਿੰਦੇ ਹੈ। ਔਰ ਮੈਂ ਅਪੀਲ ਕਰਦਾ ਆਪਣੇ ਬੱਚਿਆਂ ਨੂੰ ਕਿ ਸਾਡੀ ਇਮੇਜ, ਸਾਡੀ ਰੈਪੂਟੇਸ਼ਨ ਸਾਡੇ ਹੱਥ ਵਿੱਚ ਹੈ, ਪਲੀਜ਼ ਇੱਦਾਂ ਦੀ ਚੀਜ਼ਾਂ ਤੋਂ ਆਪਾਂ ਰਿਫਰੇਨ ਕਰੀਏ। ਯੂਨੋ ਸਾਨੂੰ ਇੰਨੀ ਗੋਲਡਨ ਓਪਰਚੁਨਿਟੀ ਮਿਲੀ ਹੈ, ਕੈਨੇਡਾ ਵਰਗਾ ਇੰਨਾ ਵਧੀਆ ਮੁਲਕ, ਇੰਨਾ ਸੋਹਣਾ ਮੁਲਕ ਸਾਨੂੰ ਬਾਹਾਂ ਖੋਲ੍ਹ ਕੇ ਵੈਲਕਮ ਕਰ ਰਿਹਾ, ਜਿਹੜੇ ਮੁਲਕ ਵਿੱਚ ਜਿਨ੍ਹਾਂ ਦਾ ਡਿਫੈਂਸ ਮਿਨਿਸਟਰ, ਰੱਖਿਆ ਮੰਤਰੀ ਜਿਨ੍ਹਾਂ ਦਾ ਸਿੱਖ ਹੋਵੇ, ਜਿਹੜੇ ਮੁਲਕ ਵਿੱਚ 14 ਮਿਨਿਸਟਰ, 14 ਮੈਂਬਰ ਪਾਰਲੀਮੈਂਟ ਆਪਣੇ ਹੋਣ, ਉਸ ਮੁਲਕ ਨੂੰ ਆਪਾਂ ਜਾ ਕੇ ਖਰਾਬ ਨਾ ਕਰੀਏ, ਆਪਣੀ ਰੈਪੂਟੇਸ਼ਨ ਡਾਊਨ ਨਾ ਕਰੀਏ, ਕਿਉਂਕਿ ਸਿਰਫ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੀ ਰੈਪੂਟੇਸ਼ਨ ਵੀ ਇਹਦੇ ਨਾਲ ਡਾਊਨ ਹੁੰਦੀ ਹੈ ਕਿ ਇੰਡੀਅਨ ਸਟੂਡੈਂਟਸ ਆਰ ਲਾਈਕ ਦਿਸ। ਆਪਣੇ ਬੱਚਿਆਂ 'ਚ ਜਿੰਨੀ ਐਨਰਜੀ ਹੈ, ਜਿੰਨਾ ਜੋਸ਼ ਹੈ, ਕਾਮਯਾਬ ਹੋਣ ਦਾ ਜਿੰਨਾ ਜਜ਼ਬਾ ਹੈ, ਅਗਰ ਆਪਾਂ ਉਹਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕਰੀਏ, ਅਗਰ ਮਾਪੇ ਆਪਣੇ ਬੱਚਿਆਂ ਨੂੰ ਹੱਲਾ ਸ਼ੇਰੀ ਦੇਣ ਦੀ ਬਜਾਏ ਕਿ ਕੋਈ ਨਾ ਪੁੱਤ ਮਾਰਿਆ ਡਾਂਗ ਸਿਰ 'ਤੇ ਆਪਾਂ ਬੈਠੇ ਹਾਂ, ਉਹਨੇ ਗੱਲ ਕਿੱਦਾਂ ਬੋਲਤੀ, ਜਾਂ ਲੈ ਲਈ ਪੰਗਾ ਕੋਈ ਗੱਲ ਨਹੀਂ, ਬਹੁਤ ਪੈਸੇ ਹੈਗੇ, ਬਹੁਤ ਪੈਲੀਆਂ ਹੈਗੀਆਂ, ਜੇ ਇਸ ਸੋਚ ਤੋਂ ਆਪਾਂ ਆਪਣੇ ਬੱਚਿਆਂ ਦੀ ਸੋਚ ਚੇਂਜ ਕਰੀਏ, ਕਿਉਂਕਿ ਬੱਚੇ ਸੋਚ ਲੈਂਦੇ ਮਾਪਿਆਂ ਦੀ, ਜੇ ਮਾਪੇ ਆਪਣੀ ਸੋਚ ਅੱਜ ਬਦਲ ਲੈਣਗੇ ਔਰ ਬੱਚਿਆਂ ਦੀ ਗਲਤ ਕੰਮ ਵਿੱਚ ਉਹਨਾਂ ਦਾ ਸਾਥ ਨਹੀਂ ਦੇਣਗੇ, ਤਾਂ ਬੱਚੇ ਤੁਹਾਨੂੰ ਕਦੀ ਵੀ ਦੁਖੀ ਨਹੀਂ ਕਰਨਗੇ। ਸਾਨੂੰ ਸ਼ੁਰੂ ਵਿੱਚ ਤਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਯੂਨੋ 8-10 ਸਾਲ ਦਾ, 12 ਸਾਲ ਦਾ, 14 ਸਾਲ ਦਾ, 18 ਸਾਲ ਦਾ ਗਲਤੀਆਂ ਕਰਦਾ, ਆਪਾਂ ਹੱਲਾਸ਼ੇਰੀ ਦਿੰਦੇ ਹਾਂ, ਬਾਅਦ 'ਚ ਉਹੀ ਬੱਚਾ ਜਦੋਂ ਵੱਡੇ ਹੋ ਕੇ ਵੱਡੀ ਗਲਤੀ ਕਰਦਾ, ਫਿਰ ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਔਰ ਉਹ ਦੁੱਖ ਕਈ ਵਾਰੀ ਇਰਰਿਪੇਰੇਬਲ ਹੋ ਜਾਂਦਾ। ਇੱਕ ਸੋਸ਼ਲ ਮੈਸੇਜ ਮੈਂ ਦੇ ਰਿਹਾ, ਇਹਨੂੰ ਮੰਨਾ ਨਾ ਮੰਨਾ ਜਾਂ ਕਿਸੇ ਪਰਟੀਕੁਲਰ ਲੋਕਾਂ ਨਾਲ ਜਾਂ ਕਿਸੇ ਨਾਲ ਨਹੀਂ ਰਿਲੇਟਡ ਹੈ, ਇਟਸ ਅ ਸੋਸ਼ਲ ਮੈਸੇਜ ਕਿ ਮਾਪੇ ਆਪਣੇ ਬੱਚਿਆਂ ਦੇ ਯੂਨੋ ਕਾਉਂਸਲਿੰਗ ਕਰਨ, ਥੋੜ੍ਹਾ ਜਿਹਾ ਖਿੱਚ ਕੇ ਰੱਖਣ, ਕਿਉਂਕਿ ਸਾਡੇ ਬੱਚੇ ਸਾਨੂੰ ਪ੍ਰਾਊਡ ਤਾਂ ਹੀ ਫੀਲ ਕਰਾਂਗੇ ਜੇ ਉਹ ਆਪਣੇ ਘਰ ਦੇ ਐਟਮੋਸਫੀਅਰ ਤੋਂ ਪ੍ਰਾਊਡ ਫੀਲ ਕਰਨਗੇ। ਜੀ, ਸੋ ਸਮਾਂ ਘੱਟੇ ਸ਼ੋਅ ਦੇ ਵਿੱਚ ਫਿਲਹਾਲ ਹੀ ਜਾ ਚਾਹੁੰਦੇ ਹਾਂ, ਪਰ ਜਾਂਦੀ ਵਾਰੀ ਦਰਸ਼ਕਾਂ ਨੂੰ ਇੱਕ ਵਾਰ ਫਿਰ ਤੋਂ ਦੱਸ ਦੇ ਕਿ ਜਿਹੜੇ ਦਰਸ਼ਕ ਸੈਮੀਨਾਰ ਦੇ ਵਿੱਚ ਆਉਣਾ ਚਾਹੁੰਦੇ ਨੇ, ਪੜ੍ਹਾਈ ਵੀਜ਼ੇ ਅਤੇ ਕੈਨੇਡਾ ਆਸਟ੍ਰੇਲੀਆ ਜਾਂ ਹੋਰਨਾਂ ਮੁਲਕਾਂ ਜਾਣਾ ਚਾਹੁੰਦੇ ਨੇ, 16 ਫਰਵਰੀ ਸੈਮੀਨਾਰ ਹੋਵੇਗਾ ਨਵੀਂ ਦਿੱਲੀ ਦੇ ਵਿੱਚ, 18 ਫਰਵਰੀ ਜਲੰਧਰ, 19 ਫਰਵਰੀ ਮੋਗਾ, 20 ਫਰਵਰੀ ਲੁਧਿਆਣਾ, 22 ਫਰਵਰੀ ਚੰਡੀਗੜ੍ਹ, 23 ਫਰਵਰੀ ਪਟਿਆਲਾ, 25 ਫਰਵਰੀ ਬਠਿੰਡਾ ਅਤੇ 26 ਫਰਵਰੀ ਨੂੰ ਸੈਮੀਨਾਰ ਹੋਵੇਗਾ ਪਠਾਨਕੋਟ ਦੇ ਵਿੱਚ। ਸੋ ਸੈਮੀਨਾਰ ਬਾਰੇ ਜ਼ਿਆਦਾ ਜਾਣਕਾਰੀ ਚਾਹੁੰਦੇ ਹੋ ਤਾਂ 9563-9563 ਨੰਬਰ 'ਤੇ ਕਾਲ ਕਰ ਸਕਦੇ ਹੋ। ਫਿਲਹਾਲ ਜਾ ਚਾਹੁੰਦੇ ਹਾਂ, ਸਮਾਂ ਹੋਰ ਨਹੀਂ ਹੈ, ਬੇਸ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਮਾਈ ਨੇਮ ਇਜ਼ ਅਮੋਲਪ੍ਰੀਤ ਐਂਡ ਆਈਵ ਕਮ ਫਰੋਮ ਮੋਗਾ ਟੂ ਕਲੈਕਟ ਮਾਈ ਕੈਨੇਡਾ ਸਟੱਡੀ ਵੀਜ਼ਾ ਫਰੋਮ ਪਿਰਾਮਿਡੀ ਸਰਵਿਸਿਜ਼ ਟੂਡੇ। ਮਾਈ ਐਕਸਪੀਰੀਅੰਸ ਵਿਦ ਪਿਰਾਮਿਡੀ ਸਰਵਿਸਿਜ਼ ਹੈਵ ਬੀਨ ਗ੍ਰੇਟ, ਦੇ ਹੈਵ ਬੀਨ ਰੀਅਲੀ ਹੈਲਪਫੁਲ ਐਂਡ ਦੇ ਫਾਈਨਲੀ ਹੈਲਪ ਮੀ ਅਚੀਵ ਮਾਈ ਡ੍ਰੀਮ ਟੂ ਗੋ ਐਂਡ ਸਟੱਡੀ ਇਨ ਕੈਨੇਡਾ, ਐਂਡ ਆਈ ਐਮ ਵੈਰੀ ਥੈਂਕਫੁਲ ਟੂ।